ਮੈਂ ਜਿਹੜੀ ਖਬਰ ਦੇਖ ਰਿਹਾ ਸੀਗਾ ਹਰਪ੍ਰੀਤ ਸਿੰਘ ਜੀ ਦੀ, ਜੋ ਸਾਡੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਭਰਾ ਨੇ, ਔਰ ਜਿਨ੍ਹਾਂ ਨੇ ਖਡੂਰ ਸਾਹਿਬ ਦੀ ਇਲੈਕਸ਼ਨ ਦੇ ਵਿੱਚ ਜਿਹੜਾ ਕਿ ਚੋਣ ਪ੍ਰਚਾਰ ਵੀ ਕੀਤਾ, ਔਰ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਨੂੰ ਦੇਖਦਿਆਂ ਆ, ਭਾਈ ਅੰਮ੍ਰਿਤਪਾਲ ਨੂੰ ਵੱਡੀ ਜਿਹੜੀ ਆ ਵੋਟਾਂ ਦੇ ਨਾਲ ਜਿਹੜਾ ਜਿਤਾ ਕੇ ਜਿਹੜਾ ਮੈਂਬਰ ਪਾਰਲੀਮੈਂਟ ਬਣਾਇਆ, ਔਰ ਉਹਦੇ ਨਾਲ ਨਾਲ ਅੱਜ ਜਦੋਂ ਇਹ ਮੈਂ ਖਬਰ ਸੁਣੀ ਤਾਂ ਬਹੁਤ ਮੇਰੇ ਮਨ ਨੂੰ ਦੁੱਖ ਲੱਗਾ। ਔਰ ਮੈਂ ਇਹ ਗੱਲ ਕਹਿੰਦਾ ਕਿ ਅੱਜ ਮੈਨੂੰ ਬਹੁਤ ਸਾਰੇ ਸਿੱਖ ਵੀਰਾਂ ਦੇ ਜਿਹੜੇ ਫੋਨ ਕਾਲਸ ਆਈਆਂ, ਜਿਨ੍ਹਾਂ ਨੇ ਇਹ ਗੱਲ ਕਹੀ ਕਿ ਕਹਿੰਦੇ ਯਾਰ ਇਸ ਖਬਰ ਨਾਲ ਕਹਿੰਦੇ ਸਿੱਖਾਂ ਨੂੰ ਬਹੁਤ ਵੱਡੀ ਢਾਹ ਲੱਗੀ, ਕਿਉਂਕਿ ਗੁਰੂ ਦਾ ਬਾਣਾ ਪਾ ਕੇ ਗੁਰੂ ਦੇ ਬਾਣੇ ਦੇ ਵਿੱਚ ਰਹਿ ਕੇ ਇਹੋ ਜਿਹੇ ਨਸ਼ਾ ਕਰਨਾ ਜਾਂ ਨਸ਼ੇ ਦੇ ਨਾਲ ਫੜੇ ਜਾਣਾ, ਅਤੇ ਇਹਦੂ ਮਾੜੀ ਗੱਲ ਨਹੀਂ ਕੋਈ ਹੋ ਸਕੀ। ਇਸ ਕਰਕੇ ਮੈਂ ਪੰਜਾਬ ਪੁਲਿਸ ਨੂੰ, DGP ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਡੋਪ ਟੈਸਟ ਦੀ ਜਿਹੜੀ ਮੰਗ ਰੱਖੀ ਸੀ ਤੁਸੀਂ ਡੋਪ ਟੈਸਟ ਕਰਵਾ ਦਿੱਤਾ, ਪਰ ਗੱਲ ਇਹ ਆ ਕਿ ਇਹ ਜਿਹੜਾ ਨਸ਼ਾ, ਇਹ ਨਸ਼ਾ ਕਿੱਥੋਂ ਆਇਆ, ਕਿਹੜੇ ਕਿੰਨਾ ਤੋਂ ਲਿਆਂਦਾ ਗਿਆ, ਇਹਦੇ ਨਾਲ ਕਿਹੜੇ ਕਿਹੜੇ ਬੰਦੇ ਜੁੜੇ ਨੇ, ਕਿਉਂਕਿ ਭਾਈ ਅੰਮ੍ਰਿਤਪਾਲ ਜੀ ਤਾਂ ਆਪ ਇੱਕ ਨਸ਼ਾ ਛਡਾਊ ਕੇਂਦਰ ਜਿਹੜਾ ਉਹ ਚਲਾਉਂਦੇ ਸੀ, ਅਤੇ ਮੇਰੇ ਹਿਸਾਬ ਨਾਲ ਕਿ ਉਹ ਜਿਹੜੇ ਕੇਂਦਰ ਦਾ ਜਿਹੜਾ ਨਸ਼ਾ ਛਡਾਊ ਕੇਂਦਰ ਸੀ ਉਹਨਾਂ ਦੀ ਦੇਖ ਰੇਖ ਜਿਹੜੀ ਉਹ ਹਰਪ੍ਰੀਤ ਸਿੰਘ ਜੀ ਕਰਦੇ ਸੀ। ਇਸ ਕਰਕੇ ਕਿ ਜਿਹੜਾ ਪਰਿਵਾਰ ਆਪ ਨਸ਼ਾ ਛਡਵਾਉਂਦਾ ਹੋਵੇ ਅਤੇ ਅੱਜ ਉਹਨਾਂ ਦੇ ਕੋਲੋਂ ਨਸ਼ਾ ਮਿਲਣਾ, ਇਹਦੂ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਇਸ ਕਰਕੇ ਮੈਂ ਜਲੰਧਰ ਕਮਿਸ਼ਨਰ ਦਾ ਔਰ DGP ਪੰਜਾਬ ਦਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਇੱਕ ਲੋਕਾਂ ਦਾ ਸਵਾਲ ਮੈਂ ਫੇਸਬੁੱਕ 'ਤੇ ਦੇਖ ਰਿਹਾ, ਇਹਦੀ ਜਾਣਕਾਰੀ ਦਿੱਤੀ ਜਾਵੇ ਕਿ ਇਹ ਨਸ਼ਾ ਜਿਹੜਾ ਸੀ ਕਿੱਥੋਂ ਲੈ ਕੇ ਆਏ, ਔਰ ਇਹਦੇ ਨਾਲ ਨਾਲ ਕਿਹੜੇ ਹੋਰ ਜਿਹੜੇ ਇਹੋ ਜਿਹੇ ਸਿੱਖੀ ਸਰੂਪ ਦੇ ਵਿੱਚ ਜਿਹੜੇ ਲੋਕ ਜਿਹੜੇ ਇਹੋ ਜਿਹੇ ਨਸ਼ਾ ਤਸਕਰਾਂ ਦੇ ਨਾਲ ਜੁੜੇ ਨੇ ਉਹਨਾਂ ਨੂੰ ਹੁੰਦਾ ਵੀ ਜਿਹੜਾ ਜਿਹੜਾ ਉਹ ਬੇਨਕਾਬ ਜਿਹੜਾ ਉਹ ਕੀਤਾ ਜਾਵੇ। ਔਰ ਬਹੁਤ ਮਨ ਨੂੰ ਦੁੱਖ ਲੱਗਾ ਕਿਉਂਕਿ ਸਾਨੂੰ ਸਿੱਖੀ ਸਰੂਪ 'ਚ ਰਹਿ ਕੇ ਇਹੋ ਜਿਹਾ ਕੰਮ ਜਿਹੜਾ ਉਹ ਬਿਲਕੁਲ ਨਹੀਂ ਕਰਨਾ ਚਾਹੀਦਾ, ਇਹਦੇ ਨਾਲ ਜਿਹੜੇ ਸਿੱਖਾਂ ਦੇ ਜਿਹੜੇ ਹਿਰਦੇ ਆ ਉਹ ਗਲੂੰਦਰੇ ਗਏ।